हर साल की तरह इस बार भी शहर निवासियों के सहयोग नाल वख-वख संस्थावां दे सहयोग नाल हर साल दुर्गा मंदिर समराला विच श्री श्री 1008 बाबा जगन्नाथ जी की रहनमई हेठ ये जो तुसी लंगर देख रहे हो ये लगाया जा रहा है। इस विच समराला की समराले के इलाके दियां जिन्नियां भी संगतां दर्शन करन आउंदियां हन जिन्हां संगतां दे किसी कारण वश माता नैणा देवी अपनी सुख नहीं पूर्ण कर सकते ਤਾਂ ਇੱਥੇ ਮਤਲਬ ਮਹਾਮਾਈ ਦਾ ਇੰਨਾ ਮਤਲਬ ਆਸ਼ੀਰਵਾਦ ਹੈ ਕਿ ਉਹ ਆਪਣੀ ਸੁੱਖਣਾ ਇੱਥੇ ਸਮਰਾਲੇ ਦੁਰਗਾ ਮੰਦਿਰ 'ਚ ਵੀ ਪੂਰੀ ਕਰ ਸਕਦੇ ਹਨ। ਉਸੇ ਰੀਤ ਨੂੰ ਅਸੀਂ ਅੱਗੇ ਚਾਲੂ ਰੱਖਦੇ ਹੋਏ ਸ਼੍ਰੀ ਰਮੇਸ਼ ਕੁਮਾਰ ਜੀ ਸ਼ਾਂਤੀ ਬ੍ਰਾਹਮਣ ਸਭਾ ਯੁਵਾ ਮੋਰਚਾ ਤੋਂ ਸਾਡੇ ਪ੍ਰਵੀਨ ਕੁਮਾਰ ਪੀਨਾ ਜੀ, ਅਸ਼ੋਕ ਕੁਮਾਰ ਜੀ ਔਰ ਸਾਡੇ ਸੰਦੀਪ ਭਾਰਤੀ ਜੀ, ਜੋ ਵੀ ਸਾਡੇ ਸਾਰੇ ਸੌਰਵ ਜੀ ਅਤੇ ਜਿੰਨੇ ਅਸੀਂ ਸਾਡੇ ਸੰਸਥਾਵਾਂ ਦੇ ਸਾਰੇ ਮੈਂਬਰ ਹਨ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਲੰਗਰ ਲਗਾਇਆ ਜਾ ਰਿਹਾ ਹੈ। ਲੰਗਰ ਤੋਂ ਪਹਿਲਾਂ ਜੋ ਮਤਲਬ ਕੰਜਕ ਪੂਜਨ ਦਾ ਵਿਧਾਨ ਹੈ ਉਹ ਬੜਾ ਹੀ ਸ਼ਰਧਾ ਦੇ ਨਾਲ ਕੀਤਾ ਗਿਆ, ਜਿਸ ਵਿੱਚ 51 ਜੋ ਜਿਹੜੀਆਂ ਹੈਗੀਆਂ ਨੇ ਕੰਜਕਾਂ ਦਾ ਪੂਜਨ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਲੰਗਰ ਦੀ ਪ੍ਰਥਾ ਉਹ ਸ਼ੁਰੂ ਕੀਤਾ ਗਿਆ ਜੀ। ਦੇਖੋ ਜੀ ਇੱਥੇ ਮਤਲਬ ਕੋਈ ਗਿਣਤੀ ਤਾਂ ਅਸੀਂ ਮਤਲਬ ਕਰ ਨਹੀਂ ਸਕਦੇ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ। ਇਸੇ ਤਰ੍ਹਾਂ ਸੇਵਾ ਕਰਨ ਵਾਲੇ ਭਗਤ ਵੀ ਸਾਨੂੰ ਵੀ ਨਹੀਂ ਪਤਾ ਲੱਗਦਾ ਕਈ ਵਾਰ ਕਿੱਥੋਂ ਕਿੱਥੋਂ ਭਗਤ ਆਉਂਦੇ ਹਨ ਸੇਵਾ ਕਰਨ ਵਾਸਤੇ। ਫਿਰ ਵੀ ਘੱਟੋ ਘੱਟ 100 ਮਤਲਬ ਸਾਡਾ ਵਲੰਟੀਅਰ ਆ ਜਿਹੜਾ ਮੰਦਿਰ ਦੇ ਸਾਰੇ ਪ੍ਰੀਮਿਸਿਸ ਦੇ ਅੰਦਰ ਬਾਹਰ ਉਹ ਆਪਣੀ ਸੇਵਾ ਆਪਣੀ ਆਪਣੀ ਜਗ੍ਹਾ ਤੇ ਨਿਭਾ ਰਿਹਾ ਹੈ। ਬਸ ਜੀ ਆਪਣੇ ਠੀਕ 11 ਵਜੇ ਤੋਂ ਕੰਜਕ ਪੂਜਨ ਤੋਂ ਬਾਅਦ ਜੋ ਲੇਡੀ ਲੰਗਰ ਦੀ ਜੋ ਰਸਮ ਆ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ। ਜਿਸ ਤਰ੍ਹਾਂ ਦੇਖ ਰਹੇ ਹੋ ਕੰਜਕ ਪੂਜਨ ਤੋਂ ਬਾਅਦ ਮਹਾਮਾਈ ਦਾ ਜਿਹੜਾ ਜੋ ਭੋਗ ਆ ਸਾਰੇ ਪ੍ਰਸ਼ਾਦ ਜੋ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੂਰੀ ਛੋਲੇ ਕੜਾਹ ਪ੍ਰਸ਼ਾਦ ਦਾ ਲੰਗਰ ਪੇਠਾ ਵੱਖ ਵੱਖ ਤਰ੍ਹਾਂ ਦੇ ਹੋਰ ਜਿਹੜੇ ਪਕਵਾਨ ਬਣਾਏ ਗਏ ਹਨ ਮਹਾਮਾਈ ਨੂੰ ਉਹਨਾਂ ਪਕਵਾਨਾਂ ਦਾ ਪ੍ਰਸ਼ਾਦ ਲਗਵਾ ਕੇ ਉਹ ਸੰਗਤ ਦੇ ਵਿੱਚ ਅਸੀਂ ਉਹਨੂੰ ਬਤਾਉਣਾ ਸ਼ੁਰੂ ਕਰ ਦਿੱਤਾ। ਪਹਿਲੇ ਨੰਬਰ ਤੋਂ ਹਮਾਰੇ ਨਗਰ ਨਿਵਾਸੀਓ ਆਸ ਪਾਸ ਜਿਤਨੇ ਪਿੰਡ ਹੈ ਔਰ ਸ਼ਹਿਰ ਨਿਵਾਸੀਓ ਕੋ ਹਮਾਰੇ ਮਾਤਾ ਕੇ ਤਰਫ ਸੇ ਉਨਕੇ ਆਸ਼ੀਰਵਾਦ। ਔਰ ਇਹ ਸਾਵਨ ਕਾ ਜੋ ਮੇਲਾ ਬਣ ਰਿਹਾ ਹੈ 50 ਸਾਲ ਤੋਂ ਸਾਨੂੰ ਹੋ ਗਿਆ ਇਸ ਸ਼ਹਿਰ ਮੈਂ ਮਾਤਾ ਕੇ ਚਰਨੋਂ ਮੈਂ ਔਰ ਮਾਤਾ ਕੇ ਹਮਨੇ ਕਭੀ ਸੋਚਿਆ ਨਹੀਂ ਸੋ ਹਮਨੇ ਹੀ ਆ ਪਹੁੰਚੇਂਗੇ ਮੰਦਿਰ ਮੇਂ ਰਹਿਣਾ ਹੈ। ਔਰ ਐਸੀ ਮਾਤਾ ਕਾ ਕਿਰਪਾ ਹੋਇਆ ਮਾਤਾ ਨੇ ਮੁਝੇ ਐਸੀ ਦਰਸ਼ਨ ਦਿਆ ਔਰ ਐਸੀ ਜੋ ਮਨ ਮੈਂ ਸਾਕਸ਼ਾਤ ਮੇਰੇ ਇਨਕੇ ਉੱਪਰ ਇਤਨੀ ਵਿਸ਼ਵਾਸ ਹੋ ਗਿਆ ਕਿ ਮੈਂ ਘਰ ਦੁਆਰ ਸਭ ਕੁਛ ਭੁੱਲ ਗਿਆ। ਹਮ ਮਾਤਾ ਕੇ ਚਰਨੋਂ ਮੇਂ ਲੱਗ ਗਏ। ਬਾਕੀ ਮਾਤਾ ਕੋ ਬਹੁਤ ਸਾਵਨ ਕਾ ਮੇਲਾ 50 ਸਾਲ ਤੋਂ ਮੈਂ ਦੇਖ ਰਿਹਾ ਹਮਾਰੇ ਗੁਰੂ ਜੀ ਦੇ ਥੇ ਉਹ ਵੀ 50 ਸਾਲ ਸੇ ਉੱਪਰੇ ਚੱਲ ਰਿਹਾ ਥਾ ਤੋ ਕਮ ਸੇ ਕਮ ਮੰਦਿਰ ਕਾ 100 ਸਾਲ ਸੇ ਉੱਪਰੇ ਹੋ ਗਿਆ ਮਾਤਾ ਕਾ। ਔਰ ਬਹੁਤ ਦੂਰ ਦੂਰ ਸੇ ਲੋਕ ਜੋ ਨੈਣਾ ਦੇਵੀ ਨਹੀਂ ਜਾ ਸਕਤਾ ਹੈ ਤੋ ਮਾਤਾ ਨੇ ਇਹ ਸਮਰਾਲਾ ਜੋ ਨੈਣਾ ਦੇਵੀ ਹੈ ਦੁਰਗਾ ਮੰਦਿਰ ਇਹ ਦੋ ਸੁੱਖਾਂ ਜੋ ਸੁੱਖਤਾ ਹੈ उनकी इच्छा सब पूरी होते हैं। जो कोई पंखा सुख लिया, कोई एसी सुख लिया, कुछ सुख लिया तो उनकी पूरी होता है, वो यहाँ भेंट करते हैं माता के चरणों में। तो सारे सुखा यहाँ जो पूरी होते हैं बहुत दूर दूर से लोग आते हैं, पूरे पंजाब को हो गया, हरियाणा को हो गया, हिमाचल को हो गया, इतनी दूर दूर से लोग इनके आते हैं। और दूसरे नंबर हमारे शहर निवासियों कुछ हमारे मंदिर के नाल जुड़े हुए हैं क्लब और हमारे शहर का जो कुश्ती कराते हैं घोड़ वो भी हमारे साथ जुड़े हुए हैं, उनकी भी बहुत बहुत उनकी है जो इस चीज़ पर ध्यान रखते हैं और घोड़ करवाते हैं, कुश्ती करवाते हैं। और उस कुश्ती पर दूर दूर से पहलवान आ रहा है, हिमाचल के आ रहा है और महाराष्ट्र के बता रहे हैं, वहाँ के भी पहलवान आ रहे हैं, बहुत तगड़ा कुश्ती भी हो रहा है यह सुमराला में। तो बहुत इनकी कृपा है और इनका सभी के ऊपर हमारे माता की कृपा बना रहे हैं। लंगर भी लगाया जाता है? हाँ, लंगर यहाँ बच्चों के लिए झूला हेड प्रबंध है, झूला बच्चे के लिए भी सियाने के लिए भी झूला लगा हुआ है। और लंगर हमारा प्रबंधक जो है सारे निवासी और जो मंदिर के साथ जुड़ा हुआ है वो पूरा तन मन से ही भंडारा का सब कर रहे हैं और पूरा तैयारियां चल रहा है भंडारा का और लंगर छक रहे हैं। जैसे देखने में मिलता है रश काफी है और रश प्रशासन की तरफ से भी कुछ हाँ हाँ उनको भी हमने बताया, उनको भी दर्श है तो उनका भी हमारे जो हैं थाना पुलिस जो भी है और उनका भी बहुत सहयोग है, समझे ना।
उनकी भी बड़ा सहयोग है, वो भी बड़े साथ दे रहे हैं। जो किसी चीज की आवश्यकता होगा मुझे बताना। अभी जैसे सुनने में आया जो कुश्तियाँ हैं पंजाब में इसी मंदिर से जो मेला लगता है वहीं से शुरू होती है। हाँ जी, क्या कहते हैं? यहाँ हमारा जो है किसी दिन ने कोई समय था 40 साल पहले तो यहाँ आवाज आया जो भी पंजाब में कुश्ती घूर रहे हैं नमा पहलवान हो या जब पुराना हो तो पहले नंबर यहाँ से कुश्ती चाला चलेगी माता का, फिर जहाँ मर्जी फिर सारे पंजाब में जहाँ भी होगा। सबसे यहाँ पे माता टेकने के लिए आई है। हाँ, क्या कहना चाहते हैं? बस संगत को तो यही बहुत श्रद्धा से आ रहे हैं और बहुत प्रेम से आ रहे हैं, बहुत उनके अंदर निचोड़ है जो बड़े आ रहे हैं मत्था टेक रहे हैं, तो हमारे माता की तरफ से उनकी इच्छा पूरी करे, हर मनोकामना उनकी पूर्ति हो।